ਬੋਲਿਆ ਕਬੀਰਦਾਰੀ ਨੇ ਹੁਣ ਕੰਮ ਤੂੰ ਮੇਰੀ ਨਹੀਂ ਦਰਾ ਬੋਲਿਆ ਕਬੀਰਦਾਰੀ ਨੇ ਹੁਣ ਕੰਮ ਤੂੰ ਹੀ ਮੇਰੀ ਨਹੀਂ ਇਸ ਟਾਈਮ ਚ ਟੱਪਰ ਪਾਦਣਾ ਵਾ ਉਹ ਮੁੰਡੇ ਮਿੱਟੀਆਂ ਦਾ ਖੇਲ ਨਹੀਂ ਹੋਏ ਦਰਾ ਬੋਲਿਆ ਕਬੀਰਦਾਰੀ ਨੇ ਹੁਣ ਕੰਮ ਤੂੰ ਹੀ ਮੇਰੀ ਨਹੀਂ ਸੋਸ਼ਲ ਮੀਡੀਆ ਤੇ ਇਸ ਸਮੇਂ ਡਰੰਮੀ ਵਾਲੇ ਸਿੰਗਰ ਯਾਨੀ ਕਿ ਰਾਮਾ ਰਾਮਕੋਟ ਦੇ ਗਾਣਿਆਂ ਦੀਆਂ ਵੀਡੀਓਜ਼ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਹਨ ਅਤੇ ਉਸੇ ਤੇਜ਼ੀ ਦੇ ਨਾਲ ਸਰੋਤੇ ਰਾਮਾ ਰਾਮਕੋਟ ਦੀ ਆਵਾਜ਼ ਅਤੇ ਉਸਦੇ ਗਾਣਿਆਂ ਨੂੰ ਪਸੰਦ ਵੀ ਕਰ ਰਹੇ ਹਨ। ਅੱਜ ਵੀ ਅਸੀਂ ਤੁਹਾਡੇ ਲਈ ਰਾਮਾ ਰਾਮਕੋਟ ਦਾ ਇੱਕ ਗਾਣਾ ਲੈ ਕੇ ਹਾਜ਼ਰ ਹੋਏ ਹਾਂ ਜਿਸ ਦੇ ਵਿੱਚ ਉਸਨੇ ਕਬੀਲਦਾਰੀ ਦੀਆਂ ਮੁਸ਼ਕਲਾਂ ਨੂੰ ਦੱਸਿਆ ਹੈ। ਸੋ ਆਓ ਹੁਣ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਰਾਮਾ ਰਾਮਕੋਟ ਦਾ ਇੱਕ ਗਾਣਾ। ਤੁਹਾਨੂੰ ਗਾਣਾ ਕਿਵੇਂ ਲੱਗਿਆ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਸ਼ੇਅਰ ਕਰਨਾ। ਨਾਲ ਹੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਇਸ ਤਰ੍ਹਾਂ ਦੇ ਸਿੰਗਰਸ ਨੂੰ ਸਪੋਰਟ ਮਿਲਣੀ ਚਾਹੀਦੀ ਹੈ ਜਿਨ੍ਹਾਂ ਨੂੰ ਕੋਈ ਫਾਈਨੈਂਸ਼ਲੀ ਸਪੋਰਟ ਨਹੀਂ ਹੈ ਤਾਂ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ, ਨਾਲ ਹੀ ਵੀਡੀਓ ਨੂੰ ਲਾਈਕ ਵੀ ਕਰ ਦੇਣਾ ਅਤੇ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਅਤੇ ਨੋਟੀਫਿਕੇਸ਼ਨ ਬੈੱਲ ਔਨ ਕਰਨਾ ਨਾ ਭੁੱਲਣਾ। ਸੋ ਆਓ ਹੁਣ ਝਲਕ ਮਾਰਦੇ ਹਾਂ ਰਾਮਾ ਰਾਮਕੋਟ ਦੇ ਗਾਣੇ 'ਤੇ। ਪਿੰਡ ਰਾਮਕੋਟ ਵਾਲੇ ਰਾਮ ਨੇ ਉਹ ਜੋ ਵੀ ਲਿਖਿਆ ਹੈ ਸੱਚ ਲਿਖਿਆ।